ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜੋ ਮੀਟਿੰਗ ਤੁਹਾਨੂੰ ਪਤਾ ਆਪਾਂ ਜਿਹੜੀ ਐਜੂਟੇਸ਼ਨ ਕੀਤੀ ਹੈ ਦੁੱਧ ਦੇ ਰੇਟਾਂ ਲਈ, ਉਹਦੇ ਲਈ ਸਰਕਾਰ ਨਾਲ ਪਹਿਲਾਂ ਮੀਟਿੰਗ ਹੋਈ, ਕੱਲ੍ਹ ਮੀਟਿੰਗ ਹੋਈ, ਕੱਲ੍ਹ ਸਹਿਮਤੀ ਨਹੀਂ ਬਣ ਸਕੀ ਸੀ ਕਿਉਂਕਿ ਸਰਕਾਰ ਜੋ ਮਿਲਕ ਫੈਡ ਨੇ 20 ਰੁਪਏ ਦਿੱਤਾ, ਸਰਕਾਰ ਇਹ ਕਹਿ ਰਹੀ ਸੀ ਵੀ ਸਾਡੇ ਅਸੀਂ ਖਜ਼ਾਨੇ 'ਚ ਸਾਡੇ ਪੈਸਾ ਹੈ ਨਹੀਂ ਗਾ ਵੀ ਅਸੀਂ ਦੇ ਨਹੀਂ ਸਕਦੇ। ਫਿਰ ਕੱਲ੍ਹ ਜੋ ਗੱਲ ਨਹੀਂ ਬਣੀ, ਅੱਜ ਅਸੀਂ ਜਿਹੜੀ ਮੀਟਿੰਗ ਦੇ ਵਿੱਚ ਫਿਰ, ਕਿਉਂਕਿ ਜਦੋਂ ਸਹਿਮਤੀ ਬਣਾਉਣੀ ਹੁੰਦੀ ਆ ਫਿਰ ਆਪਾਂ ਦੋਨੋਂ ਪੱਖਾਂ ਨੂੰ ਅੱਗੇ ਪਿੱਛੇ ਹੋਣਾ ਪੈਂਦਾ, ਅਤੇ ਉਹਨਾਂ ਦੀ ਇਹ ਮਜਬੂਰੀਆਂ ਵੀ ਉਹਨਾਂ ਨੇ ਆਪਦੀਆਂ ਦੱਸੀਆਂ। ਪਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਫੈਸਲਾ ਕੀਤਾ ਕਿ ਆਪਾਂ ਨੂੰ 55 ਰੁਪਏ ਕਿਲੋ ਫੈਟ ਦਾ ਵਾਧਾ ਕੀਤਾ, ਉੱਤੇ ਸਹਿਮਤੀ ਬਣੀ। ਇਹਦੇ 'ਚ ਵੀ ਸਾਡੀ ਬਹੁਤ ਲੜਾਈ ਹੋਈ ਹੈ ਪਰ ਫਿਰ ਵੀ ਸਾਡੀ ਆਖਰ 'ਤੇ ਸਹਿਮਤੀ ਇਸ ਗੱਲ 'ਤੇ ਬਣ ਗਈ ਕਿ 55 ਰੁਪਏ ਕਿਲੋ ਫੈਟ 21 ਤਰੀਕ ਜਿਹੜੀ ਲੰਘੀ ਆਪਣੀ ਐਜੂਟੇਸ਼ਨ ਵਾਲੀ, ਉਹਦੇ ਤੋਂ ਜਾਣੀ ਕਿ 700 ਰੁਪਈਆ ਗਾਈਆਂ ਦਾ ਰੇਟ ਸੀ ਉਹ 755 ਰੁਪਏ ਹੋਊਗਾ, ਅਤੇ ਮੱਝਾਂ ਦਾ ਰੇਟ ਜੋ 730 ਰੁਪਏ ਸੀ ਉਹ 785 ਰੁਪਈਏ ਹੋਊਗਾ, ਅਤੇ ਇਹ ਜਿਹੜਾ ਰੇਟ ਆ 21 ਤਰੀਕ ਤੋਂ ਹੀ ਲਾਗੂ ਹੋਊਗਾ। ਇਹਦੇ ਨਾਲ ਤਕਰੀਬਨ ਗਾਂ ਦਾ 2.5-3 ਰੁਪਈਏ, ਮੱਝ ਦਾ ਤਕਰੀਬਨ 4 ਰੁਪਏ ਦੇ ਲਾਗੇ ਰੇਟ ਵੱਧ ਜੂਗਾ, ਅਤੇ ਨਾਲ ਅਸੀਂ ਭਰੋਸਾ ਲਿਆ ਤਾਂ ਜਾ ਕੇ ਸਹਿਮਤੀ ਬਣੀ ਹੈ ਕਿ ਜਿਹੜਾ, ਕਿਉਂਕਿ ਹੁਣ ਜਦੋਂ ਸੇਲ ਰੇਟ ਵਧੂਗਾ ਅਤੇ ਪਰਚੇਜ ਰੇਟ ਵਧੂਗਾ ਤਾਂ ਸੇਲ ਰੇਟ ਵਧੂਗਾ, ਅਤੇ ਅਸੀਂ ਇਹ ਕਿਹਾ ਵੀ ਸੇਲ ਰੇਟ ਦੇ ਵਿੱਚ ਸਾਨੂੰ 25 ਰੁਪਏ ਕਿਲੋ ਫੈਟ ਦੇ ਕੇ ਸਾਡਾ 80 ਰੁਪਏ ਦਾ ਪੂਰਾ ਕਰ ਦਿਓ ਪੈਸੇ। ਉਹਨਾਂ ਨੇ ਭਰੋਸਾ ਦਿੱਤਾ ਤੁਹਾਡੇ 80 ਪੂਰੇ ਕਰ ਦਾਂਗੇ, ਅਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ 100 ਰੁਪਈਆ ਮੰਗਦੇ ਸੀ ਉਹਨੂੰ ਆਪਾਂ ਇਹ ਕਹਿ ਸਕਦੇ ਪਹਿਲੀ ਸ਼ਿਫਟ 'ਚ ਆਪਾਂ ਨੂੰ 55 ਰੁਪਏ ਮਿਲ ਗਏ ਆ, ਸੈਕਿੰਡ ਆਪਾਂ ਨੂੰ ਕੁਝ ਦਿਨਾਂ ਤੱਕ ਮਾਰਕੀਟ ਦੇ ਰੇਟ ਪਾਊਚ ਮਿਲਕ ਦੇ ਰੇਟ ਵਧਣਗੇ ਹੁਣ, ਅਤੇ ਨਾਲ ਹੀ ਆਪਾਂ ਨੂੰ 20-25 ਰੁਪਈਏ ਕਿਲੋ ਫੈਟ ਫਿਰ ਮਿਲ ਜੂਗਾ। ਆਪਾਂ 75-80 ਰੁਪਏ ਕਿਲੋ ਫੈਟ ਆਪਣੀ ਮੰਗ ਸਮਝ ਲਓ ਮੰਨੀ ਗਈ, 55 ਰੁਪਏ ਇਮੀਜੀਏਟਲੀ, ਅਤੇ 20-25 ਰੁਪਏ ਦਾ ਸਾਨੂੰ ਉਹਨੇ 25 ਦਾ ਵਾਅਦਾ ਕੀਤਾ, ਚਲੋ ਅਸੀਂ ਮੰਨ ਕੇ ਚੱਲੇ 20-25 ਰੁਪਈਏ ਜਿਹੜੇ ਕਿਲੋ ਫੈਟ ਆ ਉਹ ਸਾਨੂੰ ਅਗਲੇ ਰੇਟ ਦੇ ਵਿੱਚ ਨਾਲ ਹੀ ਉਹ ਦੇਣਗੇ। ਇਹ ਨਹੀਂ ਕਹਿਣਗੇ ਕਿ ਅਸੀਂ ਪਿੱਛੇ ਦੇ ਤਾ, ਉਹ ਜਿਹੜਾ ਰੇਟ ਉਹ 'ਚ ਸਾਨੂੰ ਵਾਧਾ ਨਾਲ ਦੇਣਗੇ, ਉਹ ਪਾਊਚ ਦਾ ਰੇਟ ਵਧਣਾ ਹੀ ਵਧਣਾ ਵਾ। ਅਤੇ ਇਸ ਕਰਕੇ 100 ਰੁਪਏ ਦੀ ਮੰਗ ਸੀ ਆਪਣੀ, 80 ਰੁਪਏ ਅਤੇ 55 ਇਮੀਜੀਏਟਲੀ, 20 ਬਾਅਦ 'ਚ ਉਹ ਪੂਰੀ ਹੋਈ ਹੈ। ਇਹਦੇ ਵਿੱਚ ਵੱਡੀ ਗੱਲ ਇਹ ਆ ਦੋਸਤੋ ਵੀ ਜਿਹੜਾ ਤੁਸੀਂ ਇੰਨੇ ਭਰਾਵਾਂ ਨੇ ਆਪਦੀ ਏਕਤਾ ਦਿਖਾਈ ਆ, ਇੰਨੇ ਇਕੱਠ 'ਚ ਵੱਡੇ 'ਚ ਤੁਸੀਂ ਇੱਥੇ ਆਏ ਹੋ, ਕਿਉਂਕਿ ਸਾਡੀ ਸਾਰਿਆਂ ਦੀ ਭਾਵਨਾਵਾਂ ਸੀਗੀਆਂ, ਇਕੱਠ ਦੇ ਨਾਲ ਹੀ ਕੁਛ ਪ੍ਰਾਪਤ ਹੁੰਦਾ ਮੇਰੇ ਖਿਆਲ ਨਾਲ। ਜਿਹੜੀ ਪ੍ਰਾਪਤੀ ਨਵੀਂ ਨਵੀਂ ਸਰਕਾਰ ਕੋਲ, ਇਹ ਜਿਹੜੀ ਪ੍ਰਾਪਤੀ ਹੈ ਕਿ ਅੱਜ ਤੱਕ ਕਦੇ ਵੀ ਸਰਕਾਰ ਨੇ ਦੁੱਧ ਦਾ ਰੇਟ ਲਈ ਪੈਸੇ ਨਹੀਂ ਦਿੱਤੇ, ਇਹਦੇ ਵਿੱਚ 20 ਰੁਪਏ ਮਿਲਕ ਫੈਡ ਨੇ ਦਿੱਤੇ ਆ, 35 ਰੁਪਏ ਕਿਲੋ ਫੈਟ ਸਾਨੂੰ ਉਹ ਸਰਕਾਰ ਨੇ ਦਿੱਤੇ ਜਿਹੜੇ ਦੁੱਧ ਦੇ ਰੇਟ 'ਚ ਅਲੱਗ ਅਲੱਗ ਕੇ ਆਉਣਗੇ। ਮਤਲਬ ਇਹ ਵੱਡੀ ਪ੍ਰਾਪਤੀ ਤੁਹਾਡੀ ਹੈ ਕਿ 20 ਰੁਪਈਏ ਮਿਲਕ ਫੈਡ ਮੰਨਿਆ ਦੇਣ ਨੂੰ, 35 ਰੁਪਏ ਸਰਕਾਰ ਮੰਨੀ ਆ, ਸਾਡਾ 55 ਰੁਪਏ ਨਾਲ ਸਾਡੀ ਮਾਰਕੀਟ ਇਹ ਸਮਝ ਕੇ 2.5-3 ਰੁਪਈਏ ਅਤੇ 4 ਰੁਪਈਏ ਜਿਹੜੀ ਮੱਝ ਦਾ ਰੇਟ ਆ ਉਹ ਵਧਣ ਨਾਲ ਸਾਨੂੰ ਕਾਫੀ ਹੱਦ ਤੱਕ ਰਾਹਤ ਮਿਲੂਗੀ, ਅਤੇ ਬਾਕੀ ਜੇ 20 ਰੁਪਏ ਜਦੋਂ ਆਪਣੇ ਹੋਰ ਥੋੜ੍ਹੇ ਦਿਨਾਂ ਤੱਕ ਮਿਲ ਗਏ ਤਾਂ ਆਪਣਾ 80 ਰੁਪਏ 4 ਰੁਪਏ ਲੀਟਰ ਤਕਰੀਬਨ ਦੁੱਧ ਦਾ ਰੇਟ ਗਾਂ ਦਾ ਅਤੇ 5 ਰੁਪਈਏ ਮੱਝ ਦਾ ਹੋਜੂਗਾ। ਅਤੇ ਇਹਦੇ ਲਈ ਤੁਸੀਂ ਜੋ ਸਾਨੂੰ ਇੰਨੀ ਸਾਡੇ 'ਤੇ ਵੀ ਜਿਹੜੀ ਸਟਰੈਸ ਸੀਗੀ ਕਿ ਆਪਾਂ ਉਸ ਦਿਨ ਧਰਨਾ ਚੱਕਿਆ ਅਤੇ ਉਹਨਾਂ ਦੇ ਵਿਸ਼ਵਾਸ ਨਾਲ ਉਹਦੇ 'ਤੇ ਸਾਨੂੰ ਇਹ ਕਹਿੰਦੇ ਵੀ ਜਿਨ੍ਹਾਂ ਅਧਿਕਾਰੀ ਨੇ ਚੁਕਾਇਆ ਉਹਨਾਂ ਨੇ ਅੱਜ ਪੂਰਾ ਜ਼ੋਰ ਲਾ ਕੇ, ਅਸੀਂ ਸਰਕਾਰ ਦੀ ਵੀ ਇਹਦੇ 'ਚ ਮੰਨਦੇ ਹਾਂ ਕਿ ਪਹਿਲੀ ਸਰਕਾਰ ਆ ਜਿਹਨੇ ਵੀ ਸਾਡੀ ਵਾਜਬ ਮੰਗ ਨੂੰ ਮੰਨਿਆ ਵਾ, ਅਤੇ ਇਹ ਤੁਸੀਂ ਜੋ ਇਕੱਠ ਦਿਖਾਇਆ, ਜੋ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਹੰਭਲਾ ਮਾਰਿਆ ਉਹਦਾ ਨਤੀਜਾ ਵਾ, ਅਤੇ ਇਹੀ ਆਪਣੀ ਯੂਨਿਟੀ ਆ ਜਿਹੜੀ ਅੱਗੇ ਵੀ ਆਪਾਂ ਨੂੰ ਇਹ ਆਪਣੇ ਹੱਕਾਂ ਲਈ ਹੱਕ ਦਵਾਉਂਦੀ ਰਹੂਗੀ। ਅਤੇ ਇਹ ਮੈਂ ਤੁਹਾਨੂੰ ਸਾਰੀ ਅਪਡੇਟ ਦੇਣੀ ਸੀ, ਅਤੇ ਇਹਦੇ ਲਈ ਅਸੀਂ ਚਲੋ ਜਦੋਂ ਸਹਿਮਤੀ ਹੁੰਦੀ ਆ ਫਿਰ ਦੋਨੋਂ ਪਾਸੇ ਹੁੰਦੀ ਹੈ ਇਹ ਅਪਡੇਟ ਆ। ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉਸ ਦਿਨ ਜਿਹੜੇ ਸਾਰੇ ਵੀਰ ਕੋਨੇ ਕੋਨੇ ਤੋਂ ਪੰਜਾਬ ਦੇ ਤੋਂ ਆਏ, ਮਤਲਬ ਭੁੱਖੇ ਭਾਣੇ, ਜੋ ਉੱਥੇ ਤੁਸੀਂ ਆ ਕੇ ਪ੍ਰਦਰਸ਼ਨ ਕੀਤਾ ਉਹਦੇ ਨਾਲ ਤੁਹਾਡੀ ਦੁੱਧ ਉਤਪਾਦਕਾਂ ਦੀ ਏਕਤਾ ਦਿਖੀ ਆ, ਔਰ ਇਹ ਜਿਹੜੀ ਏਕਤਾ ਦਿਖੀ ਇਹ ਅੱਜ ਹੀ ਕੰਮ ਨਹੀਂ ਆਊਗੀ, ਅੱਗੇ ਵੀ ਕੰਮ ਆਊਗੀ। ਅਤੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਵੀ ਜਿਹਨੇ ਸਾਡੀ ਮਤਲਬ ਇਹ ਦੇਖੋ ਜੋ ਮੰਗਦੇ ਹਾਂ ਉਹ ਹਮੇਸ਼ਾ ਨਹੀਂ ਮਿਲਦਾ, ਪਰ ਫਿਰ ਵੀ ਅਸੀਂ ਕਾਫੀ ਹੱਦ ਤੱਕ ਨੇੜ ਤੇੜ ਪ੍ਰਾਪਤ ਕੀਤਾ, ਅਤੇ ਇਹ ਤੁਸੀਂ ਜਿਹੜੀ ਤੁਹਾਡੀ ਏਕਤਾ ਵਾ ਉਹਦੇ ਕਰਕੇ ਹੋਇਆ ਵਾ। ਏਕਤਾ ਦੋਸਤੋ ਬਣਾਈ ਰੱਖਿਓ, ਧੰਦੇ ਕੋਈ ਦੇ ਵਿੱਚ ਵੀ ਕਾਮਯਾਬੀ ਹੁੰਦੀ ਹੈ ਹਮੇਸ਼ਾ ਆਪਣੀ ਔਰਗੇਨਾਈਜੇਸ਼ਨ ਅਤੇ ਆਪਣੇ ਭਾਈਚਾਰੇ 'ਤੇ ਤੁਸੀਂ ਰਲ ਮਿਲ ਕੇ ਇਹ ਮਤਲਬ ਅੱਗੇ ਆਪਾਂ ਤਰੱਕੀ ਕਰ ਸਕਦੇ ਹਾਂ, ਆਪਣੇ ਹੱਕ ਲੈ ਸਕਦੇ ਹਾਂ। ਹੱਕਾਂ ਦੀ ਲੜਾਈ ਲੜਿਆ ਹੀ ਮਿਲਦੀ ਆ, ਅਤੇ ਉਹ ਲੜਾਈ ਆਪਾਂ ਅੱਜ ਜਿੱਤੇ ਵੀ ਹਾਂ। ਤਕਰੀਬਨ ਜੇ ਆ ਕਹਿ ਦਈਏ ਵੀ 10-20 ਪੈਸੇ ਦੇ ਫਰਕ ਨਾਲ, 20 ਪੈਸੇ ਨਾਲ ਆਪਾਂ ਕਹਿ ਨਹੀਂ ਸਕਦੇ, 80 ਪੈਸੇ ਮੰਨ ਕੇ ਚੱਲੋ ਇਹ, ਅਤੇ ਇਹ ਤੁਹਾਡੀ ਭਰਾਵੋ ਜਿੱਤ ਆ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਸ ਦਿਨ ਵੀ ਆਏ, ਜਿਨ੍ਹਾਂ ਨੇ ਇੰਨਾ, ਅੱਜ ਵੀ ਸਾਰੇ ਦੇਖ ਰਹੇ ਆ ਵੀ ਕੀ ਬਣਿਆ ਸਾਡੇ ਸਾਰਿਆਂ ਦਾ ਹੀ ਆਪਣਾ। ਅਤੇ ਚਲੋ ਆਪਣੀ ਬਹੁਤ ਵੱਡੀ ਰਾਹਤ ਇਹਦੇ ਨਾਲ ਮਿਲੂਗੀ ਜੀ। ਧੰਨਵਾਦ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।